ਪਾਜੀ ਨਹੀਂ ਕਿਤੇ ਲੰਮੇ ਪਏ ਵੇ ਕਿੱਡੇ ਮਜ਼ੇ ਨਾ ਹਾਂ ਕਦੀ ਆ ਸਭ ਤੋਂ ਵਧੀਆ ਮੰਕੀ ਮੈਂ ਤਾਂ ਪਹਿਲੀ ਦੇਖਿਆ ਉਹਦਾ ਸ਼ੇਪ ਕਿਤੇ ਵਧੀਆ ਨਾ ਮੂੰਹ ਦੀ ਚੜਨ ਦੇ ਪੂਰਾ ਪੈਂਪੂ ਨੂੰ ਬਹੁਤ ਤਗੜਾ ਸਿਰ ਬੜਾ ਤਗੜਾ ਹੋਵੇ ਖੰਨਾ ਕੀ ਹੈ ਮਛਲੀ ਜਾਂਦੇ ਆ ਇਹ ਚਲ ਚਲੇ ਖੰਨਾਗਾ ਭਰਾ ਕਿਤੇ ਚੱਲੇ ਹਾਂ ਆ ਜਿਹੜੇ ਸ਼ੇਰ ਹੀ ਇਹ ਦੋ ਭਰਾ ਹੀ ਤੇ ਆਪਣੇ ਉੱਥੇ ਚੋਰੀ ਕਰਕੇ ਲੈ ਇੰਡੀਆ ਤੋਂ ਅਜਿਹੀ ਚੱਲੇ ਹਾਂ ਜਿਹੜਾ ਇੱਥੇ ਜ਼ੂ ਆ ਐਡਿਨਬਰਾ ਦਾ ਪਹਿਲਾਂ ਹੀ ਜਾਣਾ ਹੈ ਗਲਾਸਗੋ ਪਰ ਉੱਥੇ ਹੈਗੀ ਹੈ ਟ੍ਰੇਨ ਦੀ ਸਟ੍ਰਾਈਕ ਅੱਜ ਇੱਕ ਟ੍ਰੇਨ ਜਾਂਦੀ ਪਰ ਰਿਟਰਨ ਹੈ ਨਹੀਂ ਤਾਂ ਅਸੀਂ ਸੋਚਿਆ ਕਿ ਰਹਿਣੀ ਦੀ ਉੱਥੇ ਜਾ ਕੇ ਫਸ ਜਾਵਾਂਗੇ ਸੋ ਅਸੀਂ ਸੋਚਿਆ ਕਿ ਚਲੋ ਜ਼ੂ ਇਹਨੇ ਆ ਉੱਥੇ ਜ਼ੂ ਜਿਹੜੇ ਪਾਂਡਾ ਮਿਲਦੇ ਜਿਹੜੇ ਕੁੰਗਫੂ ਪਾਂਡਾ ਜਿਹਨੇ ਹੁੰਦੇ ਉਹਦਾ ਪਾਂਡਾ ਇੱਥੇ ਹੈਗਾ ਤਾਂ ਉਹ ਚੱਲੇ ਅਸੀਂ ਵੇਖਣ ਵੈਰੀ ਗੁੱਡ ਮਾਰਨਿੰਗ ਟੂ ਯੂ ਗਾਇਸ ਹੋਰ ਸਾਰਿਆਂ ਦਾ ਕੀ ਹਾਲ ਚਾਲ ਹੈ ਸਾਰੇ ਵਧੀਆ ਹੋ ਗਏ ਵੈਲਕਮ ਬੈਕ ਟੂ ਮਾਈ ਚੈਨਲ ਅਸੀਂ ਜਿੱਦਾਂ ਕਿ ਮੈਂ ਪਹਿਲਾਂ ਦੱਸਤਾ ਚੱਲੇ ਹਾਂ ਜ਼ੂ ਅਤੇ ਇੱਥੋਂ ਸਾਨੂੰ ਕੈਚ ਕਰਨੀ ਪੈਣੀ ਹੈ ਬੱਸ ਜ਼ੂ ਜਾਣ ਲਈ ਇੱਥੋਂ 10 ਮਿੰਟ ਦੀ ਵਾਕ ਆ ਉੱਥੇ ਜਾ ਕੇ ਅਸੀਂ ਬੈਸ ਕੈਚ ਕਰਨੀ ਆ ਅਤੇ ਮੌਸਮ ਫਿਰ ਅੱਜ ਬੱਦਲੀ ਆ ਵਾ ਸਵੇਰ ਸਵੇਰ ਮੀਂਹ ਪਿਆ ਸੀ ਹੁਣ ਥੋੜ੍ਹਾ ਜਿਹਾ ਵਾ ਠੰਡ ਠੀਕ ਆ ਕੱਲ੍ਹ ਮੰਗੀ ਆ ਜੇ ਧੁੱਪ ਹੁੰਦੀ ਧੁੱਪ 'ਚ ਬਹੁਤ ਵਧੀਆ ਲੱਗਦਾ ਪਰ ਧੁੱਪ ਹੁਣ ਹੈ ਨਹੀਂ ਕੋਈ ਕਰ ਨਹੀਂ ਸਕਦੇ ਬਾਰੇ ਜਿੱਦਣ ਹੀ ਆਏ ਸੀ ਉੱਦਣ ਮੈਂ ਰੱਬ ਨੇ ਜੀ ਕਿਹਾ ਸੀ ਕਿ ਬਾਬਾ ਧੁੱਪ ਲੱਗ ਕਿਤੇ ਅਗਲੇ ਦਿਨ ਬਾਬੇ ਲਾ ਤੀ ਜਿਹੜਾ ਵਿਊ ਸੀ ਰਾਹ 'ਚ ਬਹੁਤ ਜ਼ਿਆਦਾ ਵਧੀਆ ਸੀ ਜਿੱਦਾਂ ਰਿਹਾ ਨਹੀਂ ਜਾਂਦਾ ਮੈਂ ਵੀਡੀਓ ਬਣਾਈ ਪਰ ਮੇਰਾ ਜੀ ਕਰੀ ਜਾਂਦਾ ਕਿ ਸਾਰੇ ਬਣਾਵਾਂ ਉਹ ਬਹੁਤ ਜ਼ਿਆਦਾ ਲੰਮਾ ਆਉਣਾ ਸੀ ਉਹ ਵੀਡੀਓ ਬਣ ਜਾਣੀ ਸੀ 5 ਘੰਟਿਆਂ ਦੀ ਅਤੇ ਮੈਂ ਥੋੜ੍ਹੇ ਥੋੜ੍ਹੇ ਵਿੱਚੋਂ ਸ਼ੋਟ ਲਏ ਅਤੇ ਹੁਣ ਅਸੀਂ ਤੁਰ ਜਾਂਦੇ ਹਾਂ ਜਾ ਕੇ ਕਰਦੇ ਹਾਂ ਕੈਚ ਬੱਸ ਅਤੇ ਫਿਰ ਜਾਂਦੇ ਸਿੱਧੇ ਜ਼ੂ ਅਸੀਂ ਪੈ ਗਏ ਹਾਂ ਬੱਸ 'ਚ ਇੱਥੋਂ ਹੈਗੇ 4 ਸਟੋਪ ਬੱਸ ਲੱਗਣੇ 8 ਮਿੰਟ ਤੁਰ ਕੇ ਹੈਗੇ 48 ਅਸੀਂ ਬੈਠੇ ਹਾਂ ਬੱਸ ਦਾ ਜਿਹੜਾ ਉੱਪਰਲੀ ਰੂਫ ਹੁੰਦੀ ਹੈ ਉੱਥੇ ਬੈਠੇ ਹਾਂ ਡਬਲ ਸਟੋਰੀ ਬੱਸ ਜੀ ਇੱਥੇ ਇੱਦਾਂ ਦੀਆਂ ਚੀਜ਼ਾਂ ਵਾਹਵਾ ਹੀ ਆ ਐਡਿਨਬਰਾ ਇੱਕ ਤਾਂ ਬੱਸ ਹਿੱਲਣੀ ਬੜਾ ਡੀ ਹੈ ਸਾਡੇ ਸਾਹਮਣੇ ਟੀ ਵੀ ਲੱਗਾ ਇਹਦੇ ਨਾਲ ਨਾਲ ਦੱਸੀ ਜਾਂਦੀ ਹੈ ਤੁਹਾਡਾ ਕਿਹੜਾ ਸਟੋਪ ਆ ਨੈਕਸਟ ਨਾਲ ਟਾਈਮ ਵੀ ਦੱਸਿਆ ਕਿੰਨੇ ਟਾਈਮ ਉੱਥੇ ਪਹੁੰਚਣਾ ਤੁਸੀਂ ਅਸੀਂ ਪਹੁੰਚ ਗਏ ਹਾਂ ਜ਼ੂ ਔਰ ਸਾਹਮਣੇ ਆ ਬਸ ਹੁਣ ਰੋਡ ਕ੍ਰੋਸ ਕਰਨਾ ਫਾਈਨਲੀ ਅਸੀਂ ਪਹੁੰਚ ਗਏ ਜ਼ੂ ਇੱਧਰ ਸਾਹਮਣੇ ਸਟੇਅਰ ਚੜ੍ਹ ਕੇ ਚੜ੍ਹ ਜਾਣਾ ਅਤੇ ਇੱਥੇ ਥੋੜ੍ਹੀ ਥੋੜ੍ਹੀ ਬਾਰਿਸ਼ ਹੋਣ ਡੈ ਵੀ ਹੈ ਬਹੁਤ ਜ਼ਿਆਦਾ ਨਹੀਂ ਪੈਂਦੀ ਲਾਈ ਡ੍ਰਿਜ਼ਲਿੰਗ ਹੁੰਦੀ ਹੈ ਅਤੇ ਹੁਣ ਅਸੀਂ ਚੱਲਦੇ ਅੰਦਰ ਬੁੱਕ ਅਸੀਂ ਜਿਹੜੀ ਟਿਕਟ ਆ ਉਹ ਅਸੀਂ ਔਨਲਾਈਨ ਬੁੱਕ ਕਰਤੀ ਹੈ ਫਾਈਨਲੀ ਅਸੀਂ ਦੇਖਾਂਗੇ ਥੋੜ੍ਹੇ ਬਹੁਤੇ ਜਾਂਦਰ ਮੈਂ ਆਸਟ੍ਰੇਲੀਆ 'ਚ ਮਿਸ ਕਰਤਾ ਉੱਥੇ ਵੀ ਗਿਆ ਸੀ ਪਰ ਉੱਥੇ ਮੇਰੇ ਕੋਲ ਜਾ ਨਹੀਂ ਗਿਆ ਇੰਡੀਆ ਗਿਆ ਮੈਂ ਇੱਕ ਵਾਰੀ ਜਿਹੜਾ ਚੰਡੀਗੜ੍ਹ ਦਾ ਛੱਤਬੀੜ ਉਦੋਂ ਬਾਅਦ ਦੂਜੀ ਵਾਰੀ ਮੈਂ ਕਿਹਾ ਜ਼ੂ ਚੱਲਿਆ ਜ਼ੂ 'ਚ ਡਾਇਨਾਸੌਰ ਵੀ ਹੈਗਾ ਜੀ ਹਿੱਲਦਾ ਇੱਕ ਮਿੰਟ ਮੈਂ ਲੱਗਦਾ ਤੁਹਾਨੂੰ ਵੇਖਣ ਦਿੰਦਾ ਹਿੱਲ ਜਾ ਭਰਾ ਇਹ ਗੁੱਸਾ ਹੀ ਕਰ ਗਿਆ ਅੱਗੇ ਲੰਦੀ ਧੋਨੇ ਦੀ ਹਿੱਲ ਜਾ ਭਰਾ ਉਹ ਹਿੱਲਣ ਡਿਆ ਮੈਂ ਮੰਨ ਗਿਆ ਮੇਰੇ ਅਸੀਂ ਹੋ ਗਿਆ ਐਂਟਰ ਜ਼ੂ ਦੇ ਅੰਦਰ ਅਤੇ ਮੈਂ ਕਾਫੀ ਐਕਸਾਈਟਡ ਸੋ ਆਹ ਇਹਨਾਂ ਦਾ ਨਾਮ ਆ ਮੀਖੈ ਆਹ ਇਹਨਾਂ ਦਾ ਕਮਰਾ ਬਣਾਇਆ ਵਾ ਉਹ ਕਿੱਡਾ ਦੀ ਬਣਾਇਆ ਕੋ ਉਹ ਸਾਹਮਣੇ ਬੈਠਾ ਉਹ ਬੈਠਾ ਵੇਖਣ ਦਿਆ ਉਹ ਵੇਖਣ ਦਿਆ ਤੁਹਾਨੂੰ ਹੈਲੋ ਬੈਠੇ ਇੱਧਰ ਬੈਠਾ ਠੰਡ ਲੱਗਦੀ ਇਹਨਾਂ ਨੂੰ ਕਿੰਨੇ ਆ ਐਕਚੁਅਲੀ 4-5 ਜਣੇ ਆ ਕੱਲਾ ਪਤਾ ਮਰਨ ਦੇਣੇ ਅੰਦਰ ਪੂਰਾ ਵਧੀਆ ਬਣਾ ਕੇ ਦਿੱਤਾ ਪੈਲੀਕਨਸ ਫਰਮਿੰਗਨਸ ਹੈਗੇ ਆ ਦੂਜੀ ਜਗ੍ਹਾ 'ਤੇ ਉਹ ਸਾਹਮਣੇ ਉੱਧਰ ਹੈਗੇ ਆ ਪੈਲੀਕਨਸ ਉਹ ਮੈਨੂੰ ਮੈਂ ਤਾਂ ਡਰ ਗਿਆ ਪਰੇ ਚਲ ਗਿਆ ਬੜੇ ਤਗੜੇ ਨਾ ਉਹ ਪਰੇ ਖਲੋਤੇ ਕਿੜੇ ਤਗੜੇ ਆਹ ਹੈਗੇ ਫਲਮਿੰਗਸ ਜਿਨ੍ਹਾਂ ਦੀ ਪਹਿਲਾਂ ਗੱਲ ਕੀਤੀ ਇਹ ਉੱਥੇ ਇੱਕੋ ਥਾਂ 'ਤੇ ਖਲੋਤੇ ਆ ਪਤਾ ਨਹੀਂ ਲੱਗਦਾ ਹਿੱਲਣ ਦੇ ਕਿ ਨਹੀਂ ਮੈਨੂੰ ਲੱਗਾ ਨਕਲੀ ਹੈ ਪਰ ਥੋੜ੍ਹਾ ਥੋੜ੍ਹਾ ਹਿੱਲਦੇ ਆ ਸੋ ਮੀਂਹ ਥੋੜ੍ਹਾ ਕੰਮ ਖਰਾਬ ਕਰਨ ਡਿਆ ਥੋੜ੍ਹਾ ਜਿਹਾ ਤੇਜ਼ ਹੋ ਗਿਆ ਹੈਗੇ ਤਾਂ ਨੀਂਦ ਨੀਂਦ ਉੱਡ ਜੀ ਆ ਪਰ ਥੋੜ੍ਹੀ ਤੇਜ਼ ਹੋ ਗਈ ਆ ਉਹ ਜਿਹੜੀ ਸਾਹਮਣੇ ਗੋਟ ਬੈਠੀ ਹੈ ਚਾਈਨਾ ਤੋਂ ਆਈ ਆ ਸਿੱਧੀ 'ਚ
ਇਹ ਵੀ ਘੁੰਮਣ ਫਿਰਨਾ ਹੀ ਇੱਥੇ ਇਹਨਾਂ ਨੇ ਕਾਬੂ ਕਰ ਲਈ ਤੇ ਜਿਹੜੀ ਗੋਟ ਆ ਵਿਚਾਰੀ ਪਛਤਾਉਂਦੀ ਨਹੀਂ ਮੈਂ ਕਾਹਤੋਂ ਆਈ ਇੱਥੇ ਨਾ ਮੈਂ ਘੁੰਮਣ ਫਿਰਨਾ ਹੀ ਉਹ ਤੇ ਮੈਂ ਮਜ਼ਾਕ ਕਰਨਾ ਇਹ ਕਿੱਥੇ ਫਸ ਗਈ ਜਿਹੜੀ ਇਹ ਜਿਹੜੀ ਸਪੀਸੀ ਆ ਜਿਹੜੀ ਚਾਈਨੀਜ਼ ਗੋਟ ਇਹ ਹੈਗੀ ਆ ਪ੍ਰੋਟੈਕਟਿਡ ਸਪੀਸੀ ਆ ਕਿਉਂਕਿ ਜਿਹੜੇ ਚਾਈਨ ਵਾਲੇ ਆ ਇਹਨੂੰ ਬਹੁਤ ਹੰਟ ਕਰਦੇ ਆ ਇਹਦੇ ਫਰ ਤੇ ਮੀਟ ਲਈ ਬਹੁਤ ਜ਼ਿਆਦਾ ਹੰਟ ਕਰਦੇ ਆ ਸੋ ਐਡਿਨਬਰਾ ਸਕਾਟਲੈਂਡ ਵਾਲੇ ਲੈ ਕੇ ਇੱਥੇ ਰੱਖ ਲਈ ਕਿ ਇੱਕ ਤਾਂ ਬਚਾਈ ਹੋਈ ਸਾਡੀ ਆ ਬੈਗਟ ਗੋਟ ਉਹ ਸਾਹਮਣੇ ਆਪਣਾ ਲੰਚ ਕੇ ਬ੍ਰੇਕਫਾਸਟ ਹੁੰਦੇ ਆ ਜੋ ਵੀ ਹਾਂਜੀ ਇਹ ਜਿਹੜੀਆਂ ਗੋਟਾਂ ਇਹ ਬ੍ਰਿਟਿਸ਼ ਆ ਇਹ ਇੱਥੇ ਦੀ ਅਤੇ ਸਭ ਤੋਂ ਪੁਰਾਣੀ ਬਰੀਡ ਇਹਨਾਂ ਇਹ ਸਭ ਤੋਂ ਪੁਰਾਣੀ ਬਰੀਡ ਆ ਗੋਟ ਦੀ ਜਿਹੜਾ ਮੀਂਹ ਆ ਉਹ ਥੋੜ੍ਹਾ ਜਿਹਾ ਹਟ ਗਿਆ ਥੋੜ੍ਹੀ ਜਿਹੀ ਧੁੱਪ ਚੜ੍ਹੀ ਸੀ ਫਿਰ ਬਦਲ ਹੀ ਜਾਂਦੇ ਅੱਗੇ ਮੈਂ ਤਾਂ ਕਹਿੰਦਾ ਧੁੱਪ ਲੱਗੀ ਹੋਈ ਨਾ ਬੜਾ ਮਜ਼ਾ ਆਉਂਦਾ ਵੇਖਣ ਦਾ ਸਾਰਾ ਕੁਝ ਪਰ ਹੁਣ ਕੀ ਕਰ ਸਕਦੇ ਹਾਂ ਰੱਬ ਨੂੰ ਜੋ ਮਨਜ਼ੂਰ ਭਾਅ ਜੀ ਨਹੀਂ ਕਿਤੇ ਲੰਮੇ ਪਏ ਵੇਖ ਕਿੱਡੇ ਮਜ਼ੇ ਨਾਲ ਆਹ ਸਾਹਮਣੇ ਸਕਾਟਲੈਂਡ ਦੇ ਸਫੈਦੇ ਇੱਧਰ ਬੱਚਿਆਂ ਦੇ ਖੇਡਣ ਖੁੱਡਣ ਵਾਲਾ ਬਣਾਈਆਂ ਇਹਨਾਂ ਨੇ ਚੀਜ਼ਾਂ ਹੀ ਅਤੇ ਥੋੜ੍ਹਾ ਪਿਕਨਿਕ ਟਾਈਪ ਜਿਹੀ ਜਗ੍ਹਾ ਵਾ ਸੋ ਹੁਣ ਹੀ ਐਂਟਰ ਹੋਣ ਲੱਗਿਆ ਮੈਜਿਕ ਦ ਮੈਜਿਕ ਫੋਰੈਸਟ ਸੋ ਆ ਵੀ ਸਾਹਮਣੇ ਬਾਂਦਰ ਸੋ ਇਹ ਹੈਗੇ ਆ ਗੋਲਡੀਜ਼ ਮੰਕੀਜ਼ ਬੜੀ ਸ਼ਾਂਤ ਜਿਹੇ ਲੱਗਦੇ ਆ ਉਹ ਸਾਹਮਣੇ ਆਪਣੇ ਨਾਲ ਵੇਖਦੇ ਬੜੇ ਕਿਊਟ ਜਿਹੇ ਨਾ ਹੈਲੋ ਕਿੱਡੇ ਕਿਊਟ ਜਿਹੇ ਲੱਗਦੇ ਇਹ ਦੰਦੀ ਬੜੀ ਵੱਡ ਦਿੰਦੇ ਬਾਏ ਫਿਰ ਮਿਲਦੇ ਆ ਸਭ ਤੋਂ ਵਧੀਆ ਮੰਕੀ ਮੈਂ ਤਾਂ ਪਹਿਲੀ ਦੇਖਿਆ ਉਹਦਾ ਸ਼ੇਪ ਕਿੱਦਾਂ ਵਧੀਆ ਨਾ ਮੂੰਹ ਦੀ ਭਰਾ ਹੋਵੇ ਮੈਂ ਲੱਗਦਾ ਤਾਂ ਆਪਣੇ ਇਹਦੇ ਵਾਲ ਇਹਦੇ ਨਾਲ ਹਿਪਨੋਟਾਈਜ਼ ਕਰ ਲੈਂਦੇ ਉਹਨਾਂ ਨੂੰ ਅਤੇ ਜਦੋਂ ਲਾਉਂਦੇ ਉਹ ਵੀ ਹੱਥ ਲਾਉਂਦੇ ਆ ਹੈ ਕਿੱਡੀ ਤੇਜ਼ ਲਾਉਂਦੇ ਆ ਭਰਾ ਕੀ ਹੋ ਗਿਆ ਜੀ ਐਡੋ ਕੁਛ ਨਹੀਂ ਕਰਨਾ ਇੱਧਰ ਹਿਪਨੋਟਾਈਜ਼ ਕਰਨਾ ਜਾਰੀ ਆ ਹੋ ਗਿਆ ਉਹ ਵੇਖਣ ਡਿਆ ਉੱਧਰ ਉਹ ਇੱਕ ਪਿੱਛੇ ਵੀ ਨਿਕਲ ਲਿਆ ਉਹ ਪਿੱਛੇ ਦਰਖਤ ਉਹ ਨਿਕਲਿਆ ਹੈ ਉਹ ਤੇਰੀ ਇੱਕ ਤਾਂ ਵਿੱਚ ਰੋਸ਼ਨੀ ਹੀ ਪੈਂਦੀ ਹੈ ਗਿਆ ਗਿਆ ਲੱਗੇ ਅੱਛਾ ਅੱਛਾ ਇੱਥੇ ਨਾ ਕਿ ਚੱਲ ਗਿਆ ਕਾਗਜ਼ ਵੜ ਗਿਆ ਵਿੱਚ ਉਹ ਵੜ ਗਿਆ ਉੱਥੇ ਜਾ ਕੇ ਅੱਛਾ ਅੱਛਾ ਇਹ ਤਾਂ ਜਿੱਦਾਂ ਬਾਂਦਰ ਰਾਜ ਨਹੀਂ ਹੁੰਦੇ ਕਿੱਡੇ ਕਿੱਡੇ ਜਾ ਕੇ ਸੋ ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਜਿਹੜਾ ਟਾਈਗਰ ਤੋਂ ਲੋਇਨ ਵੇਖਣ ਮੇਰਾ ਬੜਾ ਪਿਆਰ ਉਹਨਾਂ ਦਾ ਮੈਂ ਮਿਲਿਆ ਤਾਂ ਨਹੀਂ ਪਰ ਉਹਦਾ ਵੀ ਵੇਖ ਕੇ ਬੜਾ ਮੇਰਾ ਜੀ ਕਰਦਾ ਲਾਈਕ ਕਿ ਜੰਗਲ ਜੁੰਗਲ ਵਾਲਾ ਜਿਹੜੇ ਉੱਧਰ ਜਾਈਏ ਪਰ ਮੈਨੂੰ ਪਤਾ ਉਹ ਉਹਨਾਂ ਨੇ ਮੈਨੂੰ ਛੱਡਣਾ ਨਹੀਂ ਖਾ ਜਾਣਾ ਬੜਾ ਪਿਆਰ ਨਹੀਂ ਕਰਨਾ ਮੇਰੇ ਨਾਲ ਉਹਨਾਂ ਨੇ ਪਰ ਫਿਰ ਵੀ ਜਿੱਦਾਂ ਵੀ ਹੈ ਨਾ ਆਪੋ ਆਪਣਾ ਹੁੰਦਾ ਵਾ ਅੱਜ ਇੱਕ ਵਾਰੀ ਵੇਖਿਆ ਮੈਂ ਉੱਥੇ ਜੋ ਛੱਤ ਪੀੜ ਗਏ ਉੱਥੇ ਵੇਖਿਆ ਸੀ ਅਤੇ ਅੱਜ ਦੂਜੀ ਵਾਰੀ ਵੇਖਣ ਲੱਗਾ ਉਹ ਦੂਰੋਂ ਵਿਖਾਏ ਸੀ ਉਹਨਾਂ ਨੇ ਵੇਖੋ ਆ ਕਿੱਡੀ ਕੁ ਲਾਗੇ ਵਿਹਨੇ ਜਾ ਕੇ ਆਵਾਜ਼ ਸੁਣਦੀ ਸੀ ਮੈਨੂੰ ਅੰਦਰ ਜਦੋਂ ਜਿਹੜਾ ਦਹਾੜਦੇ ਆ ਸ਼ੇਰ ਪਤਾ ਨਹੀਂ ਕਿਹੜਾ ਦਹਾੜਦੇ ਸ਼ੇਰ ਕਰਦੇ ਦਹਾੜਦੇ ਮੈਨੂੰ ਆਵਾਜ਼ਾਂ ਮਾਰਨ ਦਿਆ ਕਿ ਮੈਨੂੰ ਖੜਨ ਕਿਉਂ ਨਹੀਂ ਡੇ ਉੱਥੇ ਪਤਾ ਨਹੀਂ ਇੱਥੇ ਕਿਤੇ ਲੱਗਣ ਡਿਆ ਹੁਣ ਆਹ ਖੁੱਲ੍ਹਾ ਜਿਹੀ ਜਗ੍ਹਾ ਬਣਾਈ ਆ ਸ਼ਾਇਦ ਇੱਥੇ ਹੀ ਹੋਵੇ ਉਹ ਕੈਂਗਰੂ ਆ ਉਹ ਸਾਹਮਣੇ ਬੈਠਾ ਪਤਾ ਵੀ ਇਹ ਕੈਂਗਰੂਆਂ ਦਾ ਜਿਹੜਾ ਛੋਟੇ ਭਰਾ ਜਿਹੜੇ ਅਵੈਲ ਵੀ ਆ ਇਹਨਾਂ ਦਾ ਵਿਊ ਵੇਖੋ ਇੱਧਰ ਚੈੱਕ ਕਰੋ ਕਿੱਡਾ ਸੋਹਣਾ ਦਿੱਤਾ ਉਹਨਾਂ ਨੇ ਜਦੋਂ ਸਾਹਮਣੇ ਬੈਠੇ ਆ ਇਹ ਕੰਗ ਜਿਹੜੇ ਕੈਂਗਰੂ ਹੁੰਦੇ ਆ ਉਹਨਾਂ ਦੇ ਛੋਟੇ ਭਰਾ ਲਾਈਕ ਇਹ ਡਿਫਰੈਂਟ ਸਪੀਸੀ ਆ ਡਿਫਰੈਂਟ ਜਾਤੀ ਅਤੇ ਨਿੱਕੇ ਨਿੱਕੇ ਹੀ ਰਹਿੰਦੇ ਡੇਢ ਦਿੰਦੇ ਵੱਡੇ ਦਿੰਦੇ ਇਹਨਾਂ ਨੇ ਜਿਹੜੇ ਜੁਆਇੰਟ ਪਾਂਡਾਸ ਰੱਖੇ ਆ ਇਹ ਖੁੱਲ੍ਹਦਾ ਵਾ 10:30 to 3:30 ਉੱਧਰ ਸਾਹਮਣੇ ਆਈ ਥਿੰਕ ਕਮਰੇ ਬਣਾਏ ਉੱਥੇ ਹੋਊਗਾ ਇੱਧਰ ਖੁੱਲ੍ਹਾ ਵੀ ਆ ਸ਼ਾਇਦ ਇੱਧਰ ਵੀ ਰੱਖੇ ਹੋਣ ਉਹਨਾਂ ਨੇ ਪਹਿਲੇ ਇੱਧਰ ਜਾ ਕੇ ਬਹਿੰਦੇ ਹਾਂ ਕੀ ਸਾਹ ਫਿਰ ਇੱਧਰ ਪਿੱਛੇ ਨੂੰ ਜਾਵਾਂਗੇ ਸਾਰੇ ਉਹ ਸਾਹਮਣੇ ਪਾਂਡਾ ਲੰਮੇ ਪਿਆ ਕਿੱਦਾਂ ਉਹ ਕਿੱਦਾਂ ਖਾਣ ਡਿਆ ਚੰਗੀ ਤਰ੍ਹਾਂ ਦਿਖ ਨਹੀਂ ਡਿਆ ਕਿਉਂਕਿ ਇੱਥੇ ਰੋਸ਼ਨੀ ਬੜੀ ਪੈਂਦੀ ਹੈ ਹਾਂ ਹੁਣ ਦਿਖਦੇ ਹਾਂ ਹਾਂ ਬੈਠੇ ਭਾਈ ਜਾਣ ਹੁਣ ਕਿੱਡੇ ਮਜ਼ੇ ਨਾਲ ਖਾਣ ਪੀਣ ਡਿਆ ਆਪਣਾ ਹਾਏ ਇੱਥੇ ਠੀਕ ਵੱਟ ਚੜ੍ਹਨ ਦੇ ਪੂਰਾ ਬੈਂਬੂਆਂ ਨੂੰ ਬਹੁਤ ਤਗੜਾ ਸਿਰ ਬੜਾ ਤਗੜਾ ਹੋਵੇ ਖਾਂਦਾ ਕੀ ਹੈ ਮਛਲੀ ਜਾਂਦੇ ਆ ਛਲ ਛਲ ਖਾਂਦਾ ਆੜੀ ਚੀਜ਼ ਸੁੱਕ ਕਹਿ ਰਹੇ ਚੰਗਾ ਨਹੀਂ ਲੱਗਾ ਉਹਨੂੰ ਤੁਸੀਂ ਜੋ ਕਿਹਾ ਉਹ ਨਹੀਂ ਚੰਗਾ ਲੱਗਾ ਦੰਦ ਵੀ ਬਹੁਤ ਤਗੜੇ ਹੋਏ ਹੋਏ ਉਹ ਉੱਠ ਚੱਲ ਗਿਆ ਪਰੇ ਥੋੜ੍ਹਾ ਸੰਗ ਗਿਆ ਕਹਿੰਦਾ ਜ਼ਿਆਦਾ ਜਾਣੇ ਗਏ ਮੈਂ ਨਹੀਂ ਸਾਰੇ ਸਾਹਮਣੇ ਖਾਣਾ ਸੈਰ ਕਰਨ ਦਿਆ ਜ਼ਿਆਦਾ ਖਾ ਲਿਆ ਨਾ ਪਚਨ ਨਹੀਂ ਡਿਆ ਸਾਡਾ ਰਾਹ ਜਿਹੜਾ ਜਾਂਦਾ ਵਾ ਚਿੱਤਰ ਜੈਬਰਾ ਸੁਖਿੰਦਰਾਂ ਦੀ ਪਹਿਲਾਂ ਜੈਬਰਾ ਵੇਖੀ ਫਿਰ ਵੇਹਨੇ ਜਾ ਕੇ ਟਾਈਗਰ ਨੂੰ ਸੋ ਸ਼ੇਰਾਂ ਦੇ ਰਾਹ 'ਚ ਜਾਂਦਿਆਂ ਜਾਂਦਿਆਂ ਨੂੰ ਡਾਇਨਾਸੋਰ ਲੈਂਡ ਵੀ ਮਿਲਿਆ ਸਾਹਮਣੇ ਖੜ੍ਹੇ ਡਾਇਨਾਸੋਰ ਇੱਕ ਉਹ ਸਾਹਮਣੇ ਹਿੱਲਣ ਵੀ ਡਿਆ ਪਰੇ
ਇੰਨੇ ਸਾਰੇ ਏਰੀਏ ਸਾਰੇ ਡਾਇਨਾਸੌਰ ਹੀ ਹੁਣ ਇੱਥੋਂ ਥੱਲੇ ਚੱਲੇ ਆਂ ਫਾਈਨਲੀ ਹੀ ਪੁਣੀ ਹੈ ਸ਼ੇਰ ਕੋ ਇਹ ਬੜਾ ਪਤਲਾ ਜਿਹਾ ਹੈ ਪਰੀ ਪਰਨ ਚਲ ਗਈ ਇਧਰੋ ਮੈਨੂੰ ਸ਼ੇਰ ਨੇ ਪਸੰਦ ਨਹੀਂ ਕੀਤਾ ਮੈਂ ਇਹਦੇ ਤੇ ਉਹ ਪਰਨ ਚਲ ਗਿਆ ਪਹਿਲੇ ਤਾਂ ਬੜੇ ਮੈਨਾਂ ਬੋ ਕਰਦੇ ਮੈਂ ਇੱਥੇ ਖੜਾ ਹਾਂ ਪਾਜੀ ਨਹੀਂ ਪਰਨ ਚਲ ਗਈ ਇੰਨੇ ਚਿਰ ਦਾ ਮੈਂ ਵੇਟ ਕਰਨਾ ਹੈ ਸ਼ੇਰ ਰੱਖਣਾ ਸ਼ੇਰ ਰੱਖਣਾ ਚਾਹ ਮਜ਼ਾ ਖਰਾਬ ਕਰਤਾ ਜਿਹੜਾ ਸ਼ੇਰ ਆ ਉਧਰੋਂ ਘੁੰਮ ਕੇ ਇਧਰ ਬਣਿਆ ਗਿਆ ਸੁਣ ਜਾ ਕੇ ਬਹਿੰਦੇ ਹਾਂ ਇੱਧਰ ਲੱਭਦਾ ਕਿ ਨਹੀਂ ਭਾਵੇਂ ਮੈਂ ਇੱਧਰ ਆਇਆ ਤਾਂ ਦੂਜੇ ਬੰਨੇ ਚੱਲਦੇ ਕਿਤੇ ਕਿਤੇ ਆ ਜਾ 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 ਆ ਗਿਆ ਆ ਗਿਆ ਸ਼ੇਰ ਇਹ ਸਰਕਸ ਕੋਲ ਵਿਖਾਉਣ ਲੱਗਾ ਭਰਾ ਕਿਤੇ ਚੱਲਿਆ ਹੁਣ ਉੱਥੇ ਚੜ ਗਿਆ ਇੱਧਰ ਬੰਨੇ ਚੱਲਿਆ ਨਹੀਂ ਆ ਗਿਆ ਆ ਗਿਆ ਆ ਗਿਆ ਇੱਧਰ ਨੂੰ ਇੱਧਰ ਨੂੰ ਓ ਇਹ ਸ਼ੇਰ ਭਾਜੀ ਨਹੀਂ ਸਾਡੇ ਨੇ ਥੋੜ੍ਹੇ ਨਾਰਾਜ਼ ਆ ਜਿੱਧਰ ਨੂੰ ਵੀ ਜਾਣਾ ਪੁਰੇ ਚੱਲ ਜਾਂਦਾ ਫਿਰ ਉਹ ਜਾ ਕੇ ਲੋ ਗਿਆ ਝਾੜੀਆਂ 'ਚ ਚਲੋ ਠੀਕ ਆ ਨਹੀਂ ਦੇਖਣਾ ਭਰਾ ਨਾ ਦੇ ਕਹਿੰਦੇ ਆ ਕਿ ਇੱਧਰਲੇ ਬੰਨੇ ਸ਼ੇਰ ਵਾ ਲੋਇਨ ਸਤਿੰਦਰ ਕਹਿੰਦੇ ਸੀ ਕਿ ਹੈ ਨਹੀਂ ਇੱਥੇ ਸ਼ੇਰ ਉੱਤੇ ਜਿਹੜੀ ਇਹਨਾਂ ਨੇ ਮੈਪ 'ਚ ਦਿੱਤਾ ਉੱਤੇ ਦੱਸਿਆ ਨਹੀਂ ਹੁਣ ਜਾ ਕੇ ਵਿਹਨੇ ਆ ਇੱਧਰ ਕਹਿੰਦੇ ਆ ਸ਼ੇਰ ਤੁਹਾਨੂੰ ਜਾ ਕੇ ਮਿਲਦੇ ਹਾਂ ਟਾਈਗਰ ਭਰਾ ਹੋਣੀ ਤੁਹਾਨੂੰ ਸਾਡੇ ਤੋਂ ਪਰਾ ਪਰਾ ਚਲੀ ਜਾਂਦੇ ਹੁਣ ਸ਼ੇਰ ਜਾ ਕੇ ਵਿਹਨੇ ਹੈਗਾ ਕਿ ਨਹੀਂ ਉਹ ਸਾਹਮਣੇ ਸ਼ੇਰ ਬੈਠਾ ਉੱਥੇ ਉਹ ਬੈਠਾ ਸਾਹਮਣੇ ਸ਼ੇਰ ਇੱਕ ਵਾਪਸ ਮੁੜ ਗਿਆ ਹਜੇ ਇਹਨੂੰ ਉਹ ਕਿਹੜੇ ਸੋਚੀ ਪਿਆ ਸਾਡੇ ਸਾਹਮਣੇ ਸ਼ੇਰ ਬੈਠਾ ਹੈ ਭੱਜਣ ਫਿਰਨ ਲਿਆ ਦਿਮਾਗ ਲਾਉਂਦਾ ਕਿੱਦਾਂ ਟੱਪੀ ਹਟ ਜਾਂਦਾ ਹੈ ਇੱਕ ਉੱਧਰ ਅੰਦਰ ਚਲ ਗਿਆ ਆ ਜਿਹੜੇ ਸ਼ੇਰ ਸੀ ਇਹ ਦੋ ਭਰਾ ਸੀ ਆਪਣੇ ਉੱਥੋਂ ਚੋਰੀ ਕਰਕੇ ਲਿਆਏ ਇੰਡੀਆ ਤੋਂ ਗੁਜਰਾਤ ਤੋਂ ਵੇਖ ਲਓ ਜੇ ਅਸੀਂ ਕੋਈ ਚੋਰੀ ਕਰੀਏ ਤਾਂ ਕਿੱਦਾਂ ਰੌਲਾ ਪਾਉਂਦੇ ਸਾਡਾ ਸਭ ਕੁਝ ਚੋਰੀ ਕਰਕੇ ਲਿਆਇਆ ਕਿਤੇ ਹੋਰ ਕੀ ਲੈਂਦਾ ਸੀ ਇੱਕ ਸ਼ੇਰ ਲੈਂਦੇ ਆ ਚੀਜ਼ਾਂ ਵੀ ਆਪਣੇ ਸਨ ਜਿਹੜੇ ਤਗੜੇ ਤਗੜੇ ਜਾਨਵਰ ਸਾਡੇ ਉੱਥੋਂ ਲੈ ਗਏ ਵੇ ਕਿੱਦਾਂ ਦੀ ਵਾਜ ਇਹਨਾਂ ਦੀ ਸਾਹਮਣੇ ਹੈਗੇ ਜੰਗਲੀ ਘੋੜੇ ਵਾਜ ਬੜੀ ਖਤਰਨਾਕ ਜੀ ਇਹਨਾਂ ਦੀ ਸੋ ਭਾਜੀ ਨਹੀਂ ਆਉਂਦੇ ਕਿ ਸਾਡੇ ਲਾਗੇ ਸਾਡੀ ਵੀਡੀਓ ਬਣਾਉਣ ਲੱਗ ਗਿਆ ਗਿਆ ਸਾਡੇ ਉਹ ਉੱਥੋਂ ਭੱਜ ਗਿਆ ਇੱਧਰ ਅਤੇ ਉੱਧਰ ਪਰੇ ਬਾਂਦਰ ਲੜਨ ਦੇ ਆ ਆਵਾਜ਼ਾਂ ਆਉਂਦੀਆਂ ਇਹਨਾਂ ਦੀਆਂ ਹਾਂ ਉੱਧਰੋਂ ਲੜਨ ਦੇ ਪਹਿਲੇ ਅਸੀਂ ਆ ਗਏ ਜਿਰਾਫ ਹਾਊਸ ਇੱਥੋਂ ਥੱਲਿਓ ਟਰੈਕਿੰਗ ਜੀ ਉੱਚੀ ਉੱਚੀ ਸਾਡੇ ਵੱਜ ਗਈ ਮੱਥ ਉੱਚਾ ਨੀਵਾ ਥਾਂ 'ਤੇ ਗਰਮੀ ਲੱਗਣੀ ਮੁੜਕਾ ਵੇ ਅਤੇ ਸਾਹਮਣੇ ਜਿਰਾਫਾਂ ਖਾਈ ਜਾਂਦੇ ਆਪਣਾ ਖਾਣਾ ਸੋਹਣਾ ਜਿਰਾਫ ਹੀ ਮੈਂ ਪਹਿਲੀ ਵੇਖਿਆ ਟੀ ਵੀ 'ਤੇ ਵੇਖਿਆ ਮੈਂ ਪਲੀਰੀ ਪਰ ਪਹਿਲੀ ਰੀ ਵੇਖਿਆ ਲਾਈਵ ਸੋਹਣਾ ਹੀ ਆ ਸਿੱਧਾ ਠਾਹ ਨਹੀਂ ਜਾਣਾ ਵਾ ਲੱਕੀਲੀ ਸਾਨੂੰ ਹੁਣ ਤਾਂ ਨਹੀਂ ਚੜ੍ਹਨਾ ਪੈਣਾ ਕਿਉਂਕਿ ਅੱਗੇ ਮਤਵਾ ਜੀ ਹੁਣ ਥੱਲੇ ਅਸੀਂ ਉੱਡੇ ਹੀ ਜਾਣਾ ਬਸ ਇੱਧਰ ਹੋਣ ਡਿਆ ਪਈ ਆ ਬਾਰਿਸ਼ ਪਹਿਲਾਂ ਸਾਫ਼ ਹੀ ਸਾਰਾ ਹੁਣ ਮੀਂਹ ਪੈਂਦਾ ਪਿਆ ਉੱਧਰ ਹੁਣ ਚਲੇ ਜਾ ਕੇ ਅਸੀਂ ਵੇਖਣਾ ਵਾ ਰਾਈਨੋ ਉਹ ਵੇਖ ਕੇ ਤਾਂ ਫਿਰ ਅਸੀਂ ਚੱਲ ਜਾਣਾ ਵਾ ਕਿਉਂਕਿ ਬਾਬਾ ਟਾਈਮ ਹੋ ਗਿਆ ਥੱਕ ਗਏ ਅਸੀਂ ਭੁੱਖ ਲੱਗ ਗਈ ਆ ਜਾ ਕੇ ਖਾਂਦੇ ਪੀਂਦੇ ਸਾਡਾ ਰਾਈਨੋ ਆ ਇਹ ਵੀ ਇੰਡੀਆ ਤੋਂ ਹੀ ਲੈਂਦਾ ਇਹਨਾਂ ਨੇ ਜਿਹੜਾ ਇੰਡੀਅਨ ਵਨ ਹੌਂਡ ਰਾਈਨੋ ਮੈਨੂੰ ਲੱਗਦਾ ਜਿਹੜੇ ਸਕੋਟਲੈਂਡ ਦੇ ਆਪਣੇ ਜਾਨਵਰ ਬਹੁਤ ਘੱਟ ਹੀ ਆ ਸਾਰੇ ਇੰਡੀਆ ਤੋਂ ਚੱਕ ਲੈਂਦੇ ਇਹਨਾਂ ਨੇ ਜਿਹੜੇ ਵਧੀਆ ਵਧੀਆ ਜੇ ਸਾਡੀ ਜਗ੍ਹਾ ਜਿੱਥੇ ਰਾਈਨੋ ਰਹਿੰਦੇ ਆ ਉਹ ਸਾਹਮਣੇ ਉਹਦਾ ਕਮਰਾ ਮੈਨੂੰ ਲੱਗਦਾ ਅੰਦਰ ਹੀ ਬੜੇ ਸਾਰੇ ਤੁੜੀ ਤੜੀ ਜੀ ਪਾਈ ਬਾਬਾ ਨਿੱਘੇ ਹੋ ਕੇ ਬੈਠੇ ਬਾਹਰ ਠੰਡ ਬੜੀ ਆ ਸੋ ਪਤਾ ਨਹੀਂ ਹੁਣ ਦੇਖਦਾ ਉਹਨੂੰ ਅੱਜ ਰਾਈਨੋ ਕਿ ਨਹੀਂ ਉਹ ਰਾਈਨੋ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਅਸੀਂ ਬਾਹਰ ਨਹੀਂ ਆਉਣਾ ਅਤੇ ਅਸੀਂ ਚੱਲੇ ਹਾਂ ਵੇਟ ਕਰ ਲਈ ਥੋੜ੍ਹੀ ਚੱਲੇ ਭੁੱਖ ਵਾਹਵਾ ਲੱਗੀ ਹੁਣ ਨਿਕਲਦੇ ਇੱਥੋਂ ਸਾਡੇ ਪੈਂਗਵਿਨ ਦੋ ਤਰ੍ਹਾਂ ਦੇ ਆ ਪਰੇ ਜਿਹੜੇ ਆ ਹੋਰ ਹੈ ਤਿੰਨ ਤਰ੍ਹਾਂ ਦੇ ਐਕਚੁਅਲੀ ਇੱਕ ਆੜਾ ਸਾਹਮਣੇ ਤੁਰਿਆ ਹੁੰਦਾ ਭਾਓ ਇਹ ਧੋਣ ਜਿਹੜੀ ਹੈ ਕੱਟੀ ਜੀ ਥੋਤੋਂ ਇੱਕ ਉਹ ਸਾਹਮਣੇ ਆ ਉਹਨਾਂ ਦੇ ਹੈਗੇ ਆ ਆਈਬ੍ਰੋ ਦੇ ਉੱਤੇ ਉਹ ਲੰਮੇ ਲੰਮੇ ਬਣੇ ਅਤੇ ਕਾੜੇ ਭਾ ਤਰਨਦੇ ਆ ਇਹ ਨੋਰਮਲੀ ਆ ਇਹਨਾਂ ਦਾ ਕੁਛ ਨਹੀਂ ਹੈਗਾ ਕੁਛ ਨਹੀਂ ਤੁਹਾਡੇ ਪੈਂਗਵਿਨ ਮੈਂ ਅਸਲੀ ਦੇਖੇ ਜੀ ਅਸਲੀ ਇਹਨਾਂ ਦੀ ਪਰੇਡ ਹੁੰਦੀ ਆ ਉੱਥੇ ਸਮੁੰਦਰ 'ਚੋਂ ਨਿਕਲੇ ਹੁੰਦੇ ਸ਼ਾਮਾਂ ਇਹਨੂੰ ਸਾਰੇ ਤੁਰੇ ਆਉਂਦੇ ਬੜੇ ਸੋਹਣੇ ਲੱਗਦੇ ਆ ਤਰਨ ਤੁਰਦੇ ਕਿ ਨਹੀਂ ਪੂਰੇ ਭਲਵਾਨਾਂ ਵਾਂਗੂ ਬਾਹਾਂ ਚੋੜੀਆਂ ਕਰ ਕਰ ਓਏ ਉਧਰ ਹੈ ਉਹ ਕਿਤੇ ਜੰਪ ਮਾਰਦੇ ਸਾਨੂੰ ਆਹ ਭੁੱਖ ਲੱਗੀ ਅਤੇ ਅਸੀਂ ਆਈਸਕ੍ਰੀਮ ਲਈ ਮੈਂ ਤੁਹਾਨੂੰ ਥੋੜ੍ਹਾ ਸੁਣਾਇਆ ਕਰੇ ਇੱਧਰ ਜ਼ੂ 'ਤੇ ਜਿਹੜਾ ਬਾਹਰਲਾ ਬੰਦਾ ਐਗਜ਼ਿਟ ਉੱਧਰ ਬੈਠੇ ਆਪਾਂ ਹੁਣ ਇੱਥੋਂ ਬੱਸ ਕੈਚ ਕਰਕੇ ਅਸੀਂ ਜਾਣਾ ਵਾ ਵਾਹਗਾ ਮਾਮਾ ਫਾਈਨਲੀ ਅੱਜ ਅਸੀਂ ਵਾਹਗਾ ਮਾਮਾ ਜਾਣਾ ਵਾ ਇੱਥੇ ਖਾਣ ਹੋਪਫੁਲੀ ਖੁੱਲ੍ਹਾ ਹੋਵੇ ਅੱਜ
ਇੱਥੇ ਜਿੱਦਾਂ ਕੋਈ ਵੀ ਬਾਹਰ ਵਾਲੀ ਕੰਟਰੀ ਉੱਥੇ ਜਿਹੜੀ ਬੱਸ ਵਾਲੀ ਲਾਈਨ ਆ ਵੱਖਰੀ ਹੁੰਦੀ ਹੈ ਆਪਣੀ ਇੰਡੀਆ ਵਾਂਗੂ ਨਹੀਂ ਸਾਰੇ ਇੱਕੋ ਥਾਂ ਤੱਕ ਜਾਂਦੇ ਆ ਇਹ 'ਚ ਗੱਡੀ ਨਹੀਂ ਚਲਾ ਸਕਦੇ ਜਿਹੜੀ ਬੱਸ ਵਾਲੀ ਲਾਈਨ ਉੱਦਾਂ ਉਹ ਜਿਹੜੇ ਟੈਕਸੀ ਰੋਕ ਸਕਦੇ ਆ ਪਰ ਗੱਡੀ ਨਹੀਂ ਚਲਾ ਸਕਦੇ 'ਚ ਸੋ ਸਾਡੀ ਬੱਸ ਆ ਗਈ ਆ ਅਸੀਂ ਪਹੁੰਚ ਗਏ ਵਾਗਾ ਮਾਮਾ ਅਤੇ ਲੱਕੀਲੀ ਅੱਜ ਖੁੱਲ੍ਹਾ ਵਾ ਅੱਜ ਉਹ ਦਿਨ ਆ ਗਿਆ ਜਿੱਦਣ ਅਸੀਂ ਵਾਗਾ ਮਾਮਾ ਟਰਾਈ ਕਰਨ ਲੱਗੇ ਹਾਂ ਬੜੀਆਂ ਸ਼ਿੱਦਤਾਂ ਦਾ ਦਿਨ ਆਇਆ ਅਤੇ ਅੱਜ ਖੁੱਲ੍ਹਾ ਵੀ ਅਤੇ ਹੁਣ ਕਰਦੇ ਅਸੀਂ ਔਡਰ ਸੋ ਆਹ ਸਾਡੇ ਔਂਟਰੇ ਆ ਗਏ ਆ ਅਤੇ ਜਿਹੜਾ ਮੇਨਸ ਆ ਉਹ ਥੋੜ੍ਹੀ ਦੇਰ ਬਾਅਦ ਹੋਊਗਾ ਅਸੀਂ ਕਹਿੰਦਾ ਚੌਪਸਟਿਕਸ ਮੈਂ ਪਹਿਲਾਂ ਖਾਧਾ ਇੱਕ ਦੋਰੀ ਪਰ ਮੈਨੂੰ ਆਉਂਦਾ ਨਹੀਂ ਯੂਜ਼ ਕਰਨਾ ਸੋ ਟਰਾਈ ਕਰਦੇ ਹਾਂ ਸੋ ਖਾਣਾ ਪੀਣਾ ਲਿਆ ਅਸੀਂ ਖਾ ਹੁਣ ਅਸੀਂ ਚੱਲੇ ਹਾਂ ਵਾਪਸ ਹੋਟਲ 'ਚ ਪਹੁੰਚ ਗਏ ਆਪਣੇ ਕਮਰੇ 'ਚ ਹੁਣ ਕਰਾਂਗੇ ਘੜੀ ਰੈਸਟ ਮੈਂ ਅੱਜ ਜਿਹੜੀ ਵੀਡੀਓ ਕੱਲ੍ਹ ਐਡਿਟ ਕੀਤੀ ਅੱਜ ਅਪਲੋਡ ਵੀ ਕਰਨੀ ਆ ਅਜੇ ਬਹੁਤਾ ਟਾਈਮ ਨਹੀਂ ਆ 5 ਵਜੇ ਆ ਥੋੜ੍ਹੀ ਮੂਵੀਮਾਂ ਵੀ ਕੋਸ਼ਿਸ਼ ਵਹਿੰਦੇ ਇੱਥੇ ਹੈ ਤਾਂ ਮੈਂ ਜਿਹੜੇ ਦੂਜੇ ਚੈਨਲ ਚੱਲਦੇ ਇਹਨਾਂ ਦੇ ਆਪਣੇ 'ਚ ਉਹੀ ਹੈ ਮੂਵੀ ਵਹਿੰਦੇ ਟਰਾਈ ਕਰਦੇ ਹਾਂ ਅਤੇ ਰੈਸਟ ਕਰਦੇ ਹਾਂ ਕੱਲ੍ਹ ਟਾਈਮ ਨਾਲ ਉੱਠ ਕੇ ਅਤੇ ਅਸੀਂ ਉੱਥੇ ਜਾਵਾਂਗੇ ਅਜੇ ਡਿਸਾਈਡ ਨਹੀਂ ਕੀਤਾ ਕੱਲ੍ਹ ਕਿੱਥੇ ਜਾਣਾ ਸੋ ਕੱਲ੍ਹ ਦੀ ਕੱਲ੍ਹ ਵੇਖਾਂਗੇ ਇਸ ਨਾਲ ਕਰਦੇ ਹੀ ਅੱਜ ਦੇ ਵਲੋਗ ਨੂੰ ਐਂਡ ਆਈ ਹੋਪ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੇ ਬਹੁਤ ਜ਼ਿਆਦਾ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਸੋ ਮਚ ਫੋਰ ਵਾਚਿੰਗ ਮਿਲਦੇ ਤੁਹਾਨੂੰ ਅਗਲੇ ਵਲੋਗ 'ਚ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ